ਨਸ਼ਾ ਕਾਣਾ ਮੂਵੀ ਤੋਂ ਬਾਅਦ ਪੰਜਾਬੀ ਐਕਟਰ ਸਰਗੁਣ ਮਹਿਤਾ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਨਾਲ ਵੱਡੇ ਪਰਦੇ 'ਤੇ ਦਿਖਾਈ ਦੇਣਗੇ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਮੂਵੀ ਦੇ ਵਿੱਚ ਸਰਗੁਣ ਮਹਿਤਾ ਦੇ ਨਾਲ ਫੇਮਸ ਸਿੰਗਰ ਐਂਡ ਐਕਟਰ ਗਿੱਪੀ ਗਰੇਵਾਲ ਸਾਥ ਦੇਣਗੇ। ਇਹ ਇੱਕ ਰੋਮਾਂਟਿਕ ਮੂਵੀ ਹੈ ਅਤੇ ਰੋਮੈਂਸ ਦੇ ਨਾਲ ਨਾਲ ਇਸ ਮੂਵੀ ਦੇ ਵਿੱਚ ਕਾਮੇਡੀ ਦੇਖਣ ਨੂੰ ਵੀ ਮਿਲੇਗੀ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਇਹ ਜੋੜੀ ਪਹਿਲੀ ਵਾਰ ਵੱਡੇ ਪਰਦੇ 'ਤੇ ਦਿਖਾਈ ਦੇਗੀ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਮੂਵੀ ਨੂੰ ਡਾਇਰੈਕਟ ਕੀਤਾ ਹੈ ਕਰਨ ਆਰ ਗੁਲਿਆਨੀ ਨੇ, ਜਿਨ੍ਹਾਂ ਨੇ ਕਿ ਪ੍ਰਿਯੰਕਾ ਚੋਪੜਾ ਦੀ ਪ੍ਰੋਡਕਸ਼ਨ ਵੈਂਚਰ ਦੀ ਸਰਵਣ ਮੂਵੀ ਨੂੰ ਵੀ ਡਾਇਰੈਕਟ ਕੀਤਾ ਸੀ। ਇਸ ਮੂਵੀ ਨੂੰ ਲਿਓ ਸਟਾਰ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਸੁਮਿਤਾ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਵੱਲੋਂ ਇਸ ਮੂਵੀ ਨੂੰ ਪ੍ਰੈਜੈਂਟ ਕੀਤਾ ਜਾਏਗਾ। ਜੇ ਅਸੀਂ ਗੱਲ ਕਰੀਏ ਮੂਵੀ ਦੇ ਰਿਲੀਜ਼ ਡੇਟ ਦੀ ਤਾਂ ਇਹ ਮੂਵੀ 24 ਮਈ 2019 ਨੂੰ ਰਿਲੀਜ਼ ਹੋਵੇਗੀ ਅਤੇ ਅਸੀਂ ਸਾਰੇ ਐਕਸਾਈਟਡ ਹਾਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਵੱਡੇ ਪੱਧਰ 'ਤੇ ਦੇਖਣ ਲਈ ਅਤੇ ਉਮੀਦ ਕਰਦੇ ਹਾਂ ਕਿ ਇਹ ਮੂਵੀ ਵਧੀਆ ਪਰਫੋਰਮ ਕਰੇ। ਅਤੇ ਐਵੇਂ ਹੀ ਪੰਜਾਬੀ ਫਿਲਮ ਐਂਡ ਮਿਊਜ਼ਿਕ ਇੰਡਸਟਰੀ ਦੀ ਹੋਰ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ।